ਕੁਝ ਖਾਸ ਅੱਜ ਕੁਝ ਖਾਸ ਪ੍ਰੋਗਰਾਮ ਵਿੱਚ ਤੁਹਾਨੂੰ ਦੇਸ਼ ਦੇ ਪਾਰਲੀਮੈਂਟ ਤੇ ਲੈ ਕੇ ਜਾਵਾਂਗੇ ਪਾਰਲੀਮੈਂਟ ਦੀਆਂ ਕੁੱਲ 543 ਸੀਟਾਂ ਉੱਪਰ ਕਿੱਦਾਂ ਦੇ ਸੰਸਦ ਮੈਂਬਰ ਬੈਠੇ ਨੇ ਅੱਜ ਗੱਲ ਉਹਨਾਂ ਸੰਸਦ ਮੈਂਬਰਾਂ ਦੀ ਉਮਰ ਤੇ ਕਰਾਂਗੇ ਪਰ ਸਭ ਤੋਂ ਪਹਿਲਾਂ ਇਹ ਦੱਸ ਦਈਏ ਅਦਨ ਇੱਕ ਉਡਾਰੀਆਂ ਮਾਰ ਰਹੇ ਦੇਸ਼ ਦੀ ਪਾਰਲੀਮੈਂਟ ਵਿੱਚ ਬਹੁਤੇ ਸੰਸਦ ਮੈਂਬਰ ਬੁੱਢੇ ਨੇ ਜਾਂ ਇਹ ਕਹਿ ਲਈਏ ਕਿ ਸੰਸਦ ਮੈਂਬਰਾਂ ਵਿੱਚ ਬੁੱਢੇ ਸੰਸਦ ਮੈਂਬਰਾਂ ਦੀ ਪਰਮਾਰ ਹੈ ਆ ਜਿਹੜੇ ਅੰਕੜੇ ਮਿਲੇ ਨੇ ਉਹਦੇ ਮੁਤਾਬਕ ਪਾਰਲੀਮੈਂਟ ਵਿੱਚ ਸਭ ਤੋਂ ਵੱਧ 60 ਤੋਂ 70 ਸਾਲਾਂ ਦੀ ਉਮਰ ਦੇ 156 ਸੰਸਦ ਮੈਂਬਰ ਨੇ ਤੇ ਜੇ ਆਪਾਂ ਗੱਲ ਕਰੀਏ 50 ਤੋਂ 60 ਸਾਲ ਦੀ ਉਮਰ ਦੇ ਤੇ 50 ਤੋਂ 60 ਸਾਲ ਦੀ ਉਮਰ ਦੇ 151 ਸੰਸਦ ਮੈਂਬਰ ਨੇ 70 ਤੋਂ 80 ਸਾਲ ਦੀ ਉਮਰ ਦੇ 20 ਇਹ ਪਾਰਲੀਮੈਂਟ ਵਿੱਚ 89 ਅਨੌਨਿਮਸ ਸੰਸਦ ਮੈਂਬਰ ਨੇ ਤੇ ਗੱਲ ਇੱਥੇ ਨਹੀਂ ਰੁਕੀ 80 ਤੋਂ 90 ਸਾਲਾਂ ਦੀ ਉਮਰ ਦੇ ਵੀ ਪਾਰਲੀਮੈਂਟ ਵਿੱਚ 11 ਸੰਸਦ ਮੈਂਬਰ ਬorajਮਾਨ ਨੇ ਤੇ ਜੇ ਆਪਾਂ ਕੁੱਲ ਮਿਲਾ ਕੇ ਗੱਲ ਕਰੀਏ 407 ਸੰਸਦ ਮੈਂਬਰਾਂ ਦੀ ਉਮਰ ਜਿਹੜੀ ਹੈ 50 ਸਾਲ ਤੋਂ ਵੱਧ ਤੇ ਇਸ ਤੋਂ ਅੱਗੇ 30 ਤੋਂ 40 ਸਾਲ ਦੇ ਉਮਰ ਦੇ ਜਿਹੜੇ ਸੰਸਰ ਮੈਂਬਰ ਨੇ ਉਹਨਾਂ ਦੀ ਗਿਣਤੀ ਕੇਵਲ 82 ਹੈ ਤੇ 20 ਤੋਂ 30 ਸਾਲ ਦੀ ਉਮਰ ਦੇ ਸੰਸਰ ਮੈਂਬਰਾਂ ਦੀ ਗਿਣਤੀ 28 ਹੈ ਤੇ ਜੇ ਕੁੱਲ ਮਿਲਾ ਕੇ ਗੱਲ ਕੀਤੀ ਜਾਵੇ ਤੇ 20 ਤੋਂ 40 ਸਾਲਾਂ ਦੇ ਨੌਜਵਾਨ ਸੰਸਰ ਮੈਂਬਰਾਂ ਦੀ ਗਿਣਤੀ ਕੇਵਲ 110 ਹੈ ਜੇ ਆਪਾਂ ਪਿੱਛੇ ਝਾਤ ਮਾਰੀਏ ਸਾਲ 1951 ਵਿੱਚ ਪੈ ਲੀਆਂ ਲੋਕ ਸਭਾ ਚੋਣਾਂ ਦੌਰਾਨ ਜਿਹੜੇ ਸੰਸਦ ਮੈਂਬਰ ਚੁਣ ਕੇ ਆਏ ਸੀ ਉਹਨਾਂ ਦੀ ਔਸਤ ਉਮਰ 46.5 ਸਾਲ ਸੀ ਭਾਵੇਂ ਸਾਢੇ 46 ਸਾਲ ਸੀ ਪਰ ਜੇ ਆਪਾਂ ਝਾਤ ਮਾਰੀਏ ਉਸ ਤੋਂ ਬਾਅਦ ਦੀ ਹੋਣ ਦੀ ਤੇ ਇਸ ਵੇਲੇ ਸੰਸਦ ਵਿੱਚ ਜਿਹੜੇ ਸੰਸਦ ਮੈਂਬਰ ਨੇ ਉਹਨਾਂ ਦੀ ਔਸਤ ਉਮਰ ਜਿਹੜੀ ਹੈ ਵੱਧ ਕੇ 55 ਸਾਲ ਹੋ ਗਈ ਹੈ ਆ ਸੰਸਦ ਵਿੱਚ ਸਭ ਤੋਂ ਵੱਡੀ ਉਮਰ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੀ ਉਮਰ 87 ਸਾਲ ਹੈ ਤੇ ਉਹਨਾਂ ਦਾ ਨਾਂ ਹੈ ਫਾਰਕ ਅਬਦੁੱਲਾ ਜੀ ਐਂਡ ਕੇ ਤੋਂ ਔਰ ਇੱਕ ਨਾਂ ਹੋਰ ਹੈ ਪੰਜਾਬ ਦਾ ਪੰਜਾਬ ਦੇ ਫਰੀਦਕੋਟ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਤੇ ਲੋਕ ਗਾਇਕ ਮੁਹੰਮਦ ਸਦੀਕ ਹੁਣਾਂ ਦੀ ਉਮਰ 85 ਸਾਲ